ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਵਰ ਕਰੀਏ ਜੀ ਪਸ਼ੂ ਮੰਡੀ ਮਾਨਸਾ। ਅੱਜ ਦੀ ਤਰੀਕ ਹੈ ਜੀ 16 ਫਰਵਰੀ 2024। ਭਾਰਤ ਬੰਦ ਹੋਣ ਦੇ ਕਾਰਨ ਜਿਹੜਾ ਪਸ਼ੂ ਮੰਡੀ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੀਆਂ ਮੱਝਾਂ ਉਹ ਪਹੁੰਚੀਆਂ ਨੇ, ਅਤੇ ਬਾਹਰਲਾ ਵਪਾਰੀ ਭਰਾ ਜਿਹੜਾ ਤਾਂ ਬਿਲਕੁਲ ਵੀ ਨਹੀਂ ਪਹੁੰਚਿਆ। ਉਸ ਦੇ ਬਾਵਜੂਦ ਵੀ ਜਿੰਨੇ ਕੁ ਆਪਾਂ ਪਸ਼ੂ ਜਿਹੜੇ ਵੀਡੀਓ ਦੇ ਵਿੱਚ ਕਵਰ ਕਰੇ ਆ ਵਿਕਰੀ ਵਾਲੇ, ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਗੇ ਚੱਲ ਕੇ, ਅਤੇ ਮੰਡੀ ਦੇ ਹਾਲ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਵੀ ਕੀ ਹਾਲ ਰਿਹਾ ਮੰਡੀ ਦਾ। ਕਿਰਪਾ ਕਰਕੇ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਹੋ। ਜਿਹੜੇ ਭਰਾ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਆ ਜਾਓ ਫਿਰ ਵੀਡੀਓ ਕਰਦੇ ਹਾਂ ਸਟਾਰਟ। ਲੈ ਵੀ ਇੱਕ ਤੁਹਾਨੂੰ ਪਹਿਲਾਂ ਝੋਟੀ ਹੋਰ ਦਿਖਾਉਂਦੇ ਹਾਂ। ਮੂੰਹ ਮੱਥੇ ਦੀ ਅਤੇ ਸਿੰਗਾਂ ਸੁੰਗਾਂ ਦੀ ਝੋਟੀ ਬਹੁਤ ਸੋਹਣੀ ਆ, ਅਤੇ ਬੋਡੀ ਬਣਤਰ ਦੀ ਵੀ ਚੰਗੀ ਆ, ਚੰਗਾ ਬੋਡੀ ਵੇਟ ਆ, ਅਤੇ ਥਣਾ ਥੁਣਾ ਦੀ ਬਣਤਰ ਦੇਖ ਸਕਦੇ ਹੋ ਤੁਸੀਂ। ਬਾਕੀ ਤੁਹਾਨੂੰ ਤੁਰ ਕੇ ਵੀ ਦਿਖਾਉਂਦੇ ਹਾਂ। ਬੰਦਾ ਡਰਜਾ ਝੋਟੀ ਲੈ ਤੋਰ ਦੇ ਬਈ, ਇੱਕ ਵਾਰੀ ਤੁਰਦੀ ਤੇ ਨਿਗਾਹ ਮਾਰ ਲਓ ਤੁਸੀਂ। ਥਣ ਹਵਾਨੇ ਦੀ ਬਣਤਰ ਦੇਖ ਸਕਦੇ ਹੋ, ਪਿੱਠ ਪੁੜੇ ਦੀ ਅਤੇ ਬੋਡੀ ਬਣਤਰ ਦੀ ਝੋਟੀ ਸੋਹਣੀ ਆ। ਮੁੜ ਲਿਆ ਬਈ, ਸਿੰਗਾਂ ਸੁੰਗਾਂ ਦੀ ਕੁੰਡੀ ਆ, ਅਤੇ ਮੂੰਹ ਮੱਥੇ ਦੀ ਵੀ ਸੋਹਣੀ ਆ, ਬੋਡੀ ਵੇਟ ਵੀ ਚੰਗਾ ਝੋਟੀ ਦਾ, ਅਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਂਦੇ ਹਾਂ। ਕੀ ਹਾਲ ਨੇ ਬਾਈ? ਠੀਕ ਠਾਕ ਬਾਈ। ਕਿਹੜਾ ਪਿੰਡ ਆ ਬਾਈ? ਬੱਚਾ ਮਾਂਗਰ ਕੱਟੀ ਤੇ 15 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰਾ ਬਾਈ? ਦੁੱਧ 11 ਲੀਟਰ ਆ ਯਾਰ। 11 ਲੀਟਰ ਜਮਾਂ ਤਸੱਲੀ ਕਰਾ ਦੇ, ਠੀਕ ਹੈ। ਤੇ ਮੁੱਲ ਮੱਲ ਕਿੰਨਾ ਕਰਤਾ ਬਾਈ? ਜਾਇਜ਼ ਜਾ ਮੁੱਲ ਨਬੇ ਹਜ਼ਾਰ ਛੇ ਬਿਆਸੀ ਉੱਨੀ ਪੰਜ ਸੌ ਤੇਤੀ, ਠੀਕ ਹੈ ਜੀ। ਲਓ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਹੈ ਜੀ, ਪਹਿਲਣ ਝੋਟੀ ਆ, ਅਤੇ 11 ਲੀਟਰ ਬਾਈ ਕਹਿੰਦਾ ਵੀ ਦੁੱਧ ਆ, ਅਤੇ ਆਪਦੀ ਤਸੱਲੀ ਕਰਕੇ ਜਿਹੜਾ ਤੁਸੀਂ ਖਰੀਦ ਸਕਦੇ ਹੋ। ਫੋਨ ਨੰਬਰ ਬਾਈ ਨੇ ਜਿਹੜਾ ਵੀਡੀਓ ਦੇ ਵਿੱਚ ਬੋਲਤਾ। ਲੈ ਵੀ ਇੱਕਾ ਪਹਿਲਣ ਝੋਟੀ ਦਿਖਾਉਂਦੇ ਹਾਂ ਤੁਹਾਨੂੰ, ਇੱਕ ਵਾਰੀ ਖੜੀ ਦੇ ਨਿਗਾਹ ਮਾਰ ਲਓ ਤੁਸੀਂ। ਮੂੰਹ ਮੱਥੇ ਦੀ ਝੋਟੀ ਸੁਨੱਖੀ ਆ, ਸਿੰਗਾਂ ਸੁੰਗਾਂ ਦੀ ਵੀ ਕੁੰਡੀ ਆ, ਅਤੇ ਥਣਾ ਹਵਾਨੇ ਦੀ ਬਣਤਰ ਜਿਹੜੀ ਉਹ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ। ਤੋਰ ਕੇ ਵੀ ਦਿਖਾਉਂਦੇ ਹਾਂ ਕਿਹੜਾ ਦਵਾਨੇ, ਅਤੇ ਬਾਕੀ ਡਿਟੇਲ ਜਿਹੜੀ ਆਪਾਂ ਬਾਈ ਤੋਂ ਪੁੱਛ ਲਾਂਗੇ। ਥਾਣਾ ਹਵਾਨੇ ਦੀ ਬਣਤਰ ਜਿਹੜੀ ਨੇੜੇ ਤੋਂ ਦੇਖ ਸਕਦੇ, ਪੂਰਾ ਨਿਖੜਵਾਂ ਖਾਣ ਲੱਗਾ ਹੋਇਆ ਪੂਰੀ ਵਿੱਥੀ 'ਤੇ। ਅਤੇ ਬਈ ਲੈ ਤੋਰ ਕੇ ਦਿਖਾ ਦੇ ਮਾੜੀ, ਥੱਲਿਓਂ ਝੋਟੀ ਬਹੁਤ ਸਾਫ਼ ਹੈ ਜੀ, ਲਿੱਸੀ ਜ਼ਰੂਰ ਹੈ ਝੋਟੀ, ਅਤੇ ਥੱਲਿਓਂ ਜਿਹੜੀ ਥਣ ਥਣੋੜ ਦੀ ਬਹੁਤ ਸਾਫ਼ ਹੈ ਝੋਟੀ, ਪੂਰਾ ਵਿੱਥੀ ਵਾਲਾ ਥਣ ਲੱਗਾ। ਲੈ ਵੀ ਤੁਰਦੀ ਨੂੰ ਚੈੱਕ ਕਰੋ, ਡਿਟੇਲ ਇਹਦੀ ਸਾਰੀ ਆਪਾਂ ਬਾਈ ਤੋਂ ਬੋਲਦੇ ਹਾਂ। ਥਣਾ ਥੁਣਾ ਦੀ ਜਿਹੜੀ ਬਹੁਤ ਸਾਫ਼ ਆ ਝੋਟੀ, ਪੂਰਾ ਵਿੱਥੀ ਵਾਲਾ ਥਣ ਲੱਗਿਆ ਹੋਇਆ। ਕੀ ਹਾਲ ਹੈ ਬਾਬਾ? ਠੀਕ ਹੈ ਜੀ। ਕਿਹੜਾ ਪਿੰਡ ਹੈ? ਪਿੰਡ ਨੰਗਲ। ਨੰਗਲ ਜ਼ਿਲ੍ਹਾ ਮਾਨਸਾ ਨਾ? ਇਹ ਜਿਹੜੀ ਝੋਟੀ ਤੋਰ ਕੇ ਦਿਖਾਈ ਆਪਾਂ, ਪਹਿਲਾਂ ਸੂਆ ਸੂਈ ਹੈ? ਇਹ ਪਹਿਲਾਂ ਸੂਆ। ਕਿੰਨੇ ਚਿਰ ਦੀ ਸੂਈ ਹੈ? 3 ਮਹੀਨਿਆਂ ਦੀ। 3 ਮਹੀਨਿਆਂ ਦੀ ਸੂਈ ਹੈ। ਬੱਚਾ ਕੀ ਹੈ ਮਗਰ? ਇਹ ਕੱਟੀ ਹੈ ਮਗਰ, ਬੱਚਾ ਕੱਟੀ। 3 ਮਹੀਨਿਆਂ ਦੀ ਸੂਈ ਹੈ। ਅਤੇ ਦੁੱਧ ਕਿੰਨਾ ਕੁ ਬਾਬਾ? 9 ਕਿਲੋ ਦੁੱਧ। ਅਤੇ ਰੇਟ ਕੀ ਰੱਖਦਾ ਇਹਦਾ ਫਿਰ? 75 ਹਜ਼ਾਰ 75 ਹਜ਼ਾਰ ਅਤੇ ਮੌਕੇ 'ਤੇ ਹੋਜੂ ਦੇਣ ਲੈਣ, ਮਾਨਤਾਨ ਹੋਜੂ? ਅਤੇ ਫੋਨ ਨੰਬਰ ਬੋਲ ਦੇ ਆਪਣਾ।
76278 32565 लो जी जे किसी भरा पसंद आती हुई झोटी तो 8-9 किलो जो दुध आ तो भाई ने जो संपर्क बना सकते हो तुरदी एक बार होर चेक कर लो थल्यो थान लेवे की झोटी जी बहुत साफ ला भी एक मझ थोनू होर दिखाने बड़ी तो दुध वाली मझ है एक बार थाना हवाने की बंत रेडियो नेड़े तो देख लो तुम बाकी थोड़ू तोर तूर के भी दिखावे एक बार मझ तो निगाह मारो खड़ी तो ला भाई तोर दे खोल के ला भी तुरदी चेक कर लियो थाना हवाने की बंतरा जी मझ की सोहनी है ਤੁਰਦੀ ਤੇ ਨਿਗਾਹ ਮਾਰ ਸਕਦੇ ਹੋ ਤੁਸੀਂ ਸਾਈਡ ਤੋਂ ਹਵਾਨਾ ਦੇਖ ਸਕਦੇ ਹੋ ਮੂੰਹ ਮੱਥੇ ਦੀ ਚੈੱਕ ਕਰ ਲਿਓ ਸਿੰਗਾ ਸੁੰਗਾ ਦੀ ਕੁੰਡੀ ਆ ਮੱਝ ਅਤੇ ਵੱਡੀ ਮੱਝ ਆ ਡਿਟੇਲ ਆਪਾਂ ਜਿਹੜੀ ਦੀ ਬਾਈ ਤੋਂ ਪੁੱਛਾਂਗੇ ਥੋੜ੍ਹੀ ਜਿਹੀ ਮਾਮੂਲੀ ਜੀ ਸਾਈਡ ਵੀ ਹੈਗੀ ਆ ਬਾਈ ਹੈ ਨਾ ਹੈਗੀ ਥੋੜ੍ਹੀ ਜਿਹੀ ਮਾਮੂਲੀ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਂ ਦੱਸ ਦਿਓ ਬਾਈ ਆਪਣਾ ਗੋਰਾ ਸਿੰਘ ਜੀ ਗੋਰਾ ਸਿੰਘ ਪਿੰਡ ਕਿਹੜਾ ਬਾਈ ਲੋਕਲੀ ਜੀ ਮਾਨਸਾ ਤੋਂ ਹੀ ਹੋ ਹਾਂ ਜੀ ਅਤੇ ਜਿਹੜੀ ਮੱਝ ਤੋਰ ਕੇ ਦਿਖਾਈ ਆਪਾਂ ਕਿਹੜਾ ਸੂਆ ਸੂਈ ਹੈ ਦੂਜੇ ਸੂਈ ਦੂਜਾ ਸੂਆ ਇਸ ਵਾਰ ਸੂਈ ਹੈ ਹਾਂ ਜੀ ਤੇ ਵਪਾਰ ਦਾ ਕੰਮ ਹੋਵੇ ਆਪਣਾ ਨਾ ਨਾ ਜੀ ਕਰ ਦੇ ਅੱਛਾ ਕਰਦੀ ਹੈ ਤੇ ਕਿੰਨੇ ਚਿਰ ਦੀ ਸੂਈ ਹੈ ਹੁਣ ਇਹ ਹੈਗੀ 2-2.5 ਮਹੀਨੇ ਦੀ 2-2.5 ਮਹੀਨੇ ਦੀ ਸੂਈ ਹੈ ਬੱਚਾ ਕੀ ਹੈ ਮੰਗ ਰਹੇ ਮਗਰ ਕੱਟਾ ਮਗਰ ਬੱਚਾ ਕੱਟਾ 2-2.5 ਮਹੀਨੇ ਦੀ ਸੂਈ ਹੈ ਤੇ ਦੁੱਧ ਦੁੱਧ ਕਿੰਨਾ ਕਵੀ ਦੁੱਧ 12 ਲੀਟਰ ਠੀਕਾ 12 ਲੀਟਰ ਵਾਲਾ ਹੋ ਜਾਂਦਾ ਨਾ ਨਾ ਪੂਰਾ ਹੀ ਤਸੱਲੀ ਕਰਾ ਦੇਵਾਂਗੇ ਜਾਵਾਂ ਪੂਰੀ ਤੇ ਰੇਟ ਰੂਟ ਕੀ ਰੱਖਤਾ ਜਾਇਜ਼ ਰੇਟ 85,000 75,000 ਦੀ ਹਾਂ 75,000 ਦੀ ਜੀ ਤੇ ਫੋਨ ਨੰਬਰ ਬੋਲ ਦੇ ਕਪਾ 77870 ਲੈ ਇੱਕ ਵਾਰੀ ਤੋਰ ਕੇ ਹੋ ਦਿਖਾਦੇ ਮੜੀ ਜੀ ਤੋਰੀ ਲੰਮੀ ਤੁਰਦੀ ਹੈਗਾ ਲੈ ਵੀ ਤੁਰਦੀ ਨੂੰ ਇੱਕ ਵਾਰੀ ਹੋਰ ਚੈੱਕ ਕਰ ਲਿਓ ਥਣ ਥਣ ਬਹੁਤ ਸੋਹਣਾ ਲੱਗਾ ਸਾਈਡ ਜ਼ਰੂਰ ਹੈਗੀ ਆ ਮੂਲੀ ਜੀ ਮੱਝ ਦੀ ਅਤੇ ਥਣ ਥਣ ਸੋਹਣਾ ਲੱਗਾ ਵਾਨਾ ਵੀ ਸੋਹਣਾ ਮੱਝ ਦਾ ਮੂਲੀ ਜੀ ਸਾਈਡ ਜ਼ਰੂਰ ਹੈਗੀ ਆ ਅਤੇ ਵੱਡੀ ਅਤੇ ਦੁੱਧ ਵਾਲੀ ਮੱਝ ਆ ਰੇਟ ਕੋਈ ਫਿਕਸ ਨਹੀਂ ਕੰਟੈਕਟ ਬਾਈ ਨਾਲ ਜ਼ਰੂਰ ਕਰ ਲਿਓ ਲੋਕਲ ਮਾਨਸਾ ਦੀ ਮੱਝ ਆ ਲੈ ਵੀ ਆ ਇੱਕ ਮੱਝ ਤੁਹਾਨੂੰ ਹੋਰ ਦਿਖਾਉਂਦੇ ਹਾਂ ਇੱਕ ਵਾਰੀ ਤੁਰਦੀ ਤੇ ਨਿਗਾਹ ਮਾਰ ਲਓ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੱਸਾਂਗੇ ਮੂੰਹ ਮੱਥੇ ਦੀ ਅਤੇ ਸਿੰਗਾਂ ਸੁੰਗਾਂ ਦੀ ਜਿਹੜੀ ਮੱਝ ਕੁੰਡੀ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਬੋਡੀ ਬੰਤਰ ਦੀ ਅਤੇ ਬੋਡੀ ਵੇਟ ਦੀ ਵੀ ਬਹੁਤ ਚੰਗੀ ਆ ਥਾਣਾ ਹਵਾਨੇ ਦੀ ਬੰਤਰ ਬਹੁਤ ਸੋਹਣੀ ਆ ਜੀ ਦੇਖੋ ਨੇੜੇ ਤੋਂ ਦੇਖੋ ਜੀ ਪਿੱਠਪੁੜੇ ਦੀ ਬੰਤਰ ਵੀ ਬਹੁਤ ਸੋਹਣੀ ਆ ਅਤੇ ਬੋਡੀ ਵੇਟ ਦੀ ਵੀ ਚੰਗੀ ਮੱਝ ਆ ਦੇਖ ਸਕਦੇ ਹੋ ਤੁਸੀਂ ਸਿੰਗਾਂ ਸੁੰਗਾਂ ਦੀ ਬਹੁਤ ਸੋਹਣੀ ਆ ਮੱਝ ਪਿੱਠਪੁੜੇ ਦੀ ਬੰਤਰ ਵੀ ਬਹੁਤ ਸੋਹਣੀ ਆ ਅਤੇ ਹਵਾਨਾ ਵੀ ਬਹੁਤ ਸੋਹਣਾ ਮੱਝ ਦਾ ਖਾਣ ਥੁਣ ਵੀ ਬਹੁਤ ਚੰਗਾ ਲੱਗਿਆ ਹੋਇਆ ਡਿਟੇਲ ਬਾਈ ਤੋਂ ਪੁੱਛਦੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਨਾਂ ਕੀ ਆ ਬਾਈ ਆਪਣਾ ਆਪਣਾ ਨਾਮ ਸਿਕੰਦਰ ਕੁਮਾਰ ਜੀ ਸਿਕੰਦਰ ਕੁਮਾਰ ਪਿੰਡ ਕਿੱਥੋਂ ਆਏ ਹੋ ਮਾਨਸਾ ਤੋਂ ਜੀ ਮਾਨਸਾ ਤੋਂ ਹੀ ਇਹ ਜਿਹੜੀ ਮੱਝ ਆਪਾਂ ਤੋਰ ਕੇ ਦਿਖਾਈਏ ਕੀ ਡਿਟੇਲ ਆ ਮਤਲਬ ਕਿਹੜਾ ਸੂਆ ਸੂਈ ਆ ਇਸ ਵਾਰ ਤੀਜਾ ਸੂਆ ਸੂਈ ਤੀਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ 15 ਦਿਨਾਂ ਦੀ ਜੀ 15 ਦਿਨਾਂ ਦੀ ਸੂਈ ਆ ਤੇ ਮਗਰ ਬੱਚਾ ਕੀ ਆ ਕੱਟੀ ਆ ਜੀ ਕੱਟੀ ਬਲੈਕ ਜੈਟ ਹੈਗਾ ਟਿੱਕੇ ਦਾ ਬੱਚਾ 15 ਦਿਨਾਂ ਦੀ ਸੂਈ ਪਿੱਛੇ ਦੇਖ ਸਕਦੇ ਹੋ ਤੁਸੀਂ ਜੈਡ ਬਲੈਕ ਮਤਲਬ ਕੱਟੀ ਦਿੱਤੀ ਆ ਮੱਝ ਨੇ ਤੇ 15 ਦਿਨਾਂ ਦੀ ਸੂਈ ਥੱਲੇ ਬਈ ਦੁੱਧ ਕਿੰਨਾ ਕੁ ਤਿਆਰ ਆ ਹੁਣ ਦੁੱਧ 15 ਕਿਲੋ ਆ ਜੀ ਪੂਰਾ ਤਸੱਲੀ ਆ ਤਸੱਲੀ ਕੰਡਾ ਤੇ ਤੋਲ ਕੇ ਜੁੱਕ ਕੇ ਦੋ ਡੰਗ ਚਵਾ ਕੇ ਦੇ ਦੇ ਤੇ ਰੇਟ ਕੀ ਰੱਖਦਾ ਜਾਇਜ਼ ਆ ਜਾਇਜ਼ ਰੇਟ ਜੀ 1-25 ਕਰਦੇ ਆ 1-25 ਦੇਣ ਲੈਣ ਕਿੱਥੋਂ ਤਾਈ ਹੋ ਜੂਗਾ ਜੀ ਦੇਣ ਲੈਣ ਮਨ ਤਨ ਹੋ ਜੂਗਾ ਜੀ 10,000 ਦਾ ਠੀਕ ਆ ਫੋਨ ਨੰਬਰ ਬੋਲ ਦੇ ਆਪਣਾ 86990 36538 86990 36538 ਲੈ ਇੱਕ ਵਾਰੀ ਗੇੜਾ ਹੋਰ ਦਵਾ ਦੇ ਮੱਝ ਨੂੰ ਲੈ ਵੀ ਤੁਰਦੀ ਨੂੰ ਇੱਕ ਵਾਰੀ ਹੋਰ ਚੈੱਕ ਕਰ ਲਿਓ ਮੱਝ ਬਹੁਤ ਚੰਗੀ ਆ ਬਾਈ ਦੀ ਅਤੇ ਦੁੱਧ ਵਾਲੀ ਮੱਝ ਆ ਥਾਣਾ ਵਾਨੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਤੁਰਦੀ ਜੀ ਦੇਖੋ ਪਿੱਠ ਪੁੜੇ ਦੀ ਅਤੇ ਬੋਡੀ ਬੰਤਰ ਦੀ ਬਹੁਤ ਚੰਗੀ ਆ ਮੱਝ ਮੋੜ ਲਿਆ ਬਸ ਮੂੰਹ ਮੱਥੇ ਦੀ ਅਤੇ ਸਿੰਗਾਂ ਸੁੰਗਾਂ ਦੀ ਵੀ ਦੇਖ ਸਕਦੇ ਹੋ ਸਿੰਗ ਕੁੰਡਾ ਗਾ ਥੋੜ੍ਹਾ ਜਿਹਾ ਖੁੱਲ੍ਹਾ ਜ਼ਰੂਰ ਆ ਅਤੇ ਤੁਰਦੀ ਨੂੰ ਦੇਖੋ ਤੁਸੀਂ ਬਹੁਤ ਜ਼ਬਰਦਸਤ ਮੱਝ
इन्ने कि नग भरावा वीडियो के जोड़े आप कवर कर सके गिनती जोड़े 50-60 पशु मंडी के पहुँचे थी तो अजो हूँ सारे पशुओं की जो जो पशु मंडी के जिमें का माहौल मंडी का रहा वो थोड़ू सारी तो निगाह मरवा दें वीडियो के नाल कृपा करके एंड तक बने रहो। सारिया मझा की आप एक बार कैमरा मार दें बारों बारी ल देखी चलो वारी वारी इस तरह का माल जहाँ मंडी के अज पहुँचा मानसा मंडी के ज़्यादा रस नहीं सी टावी टावी मझ गिनती दे बस 50-60 पशु जोड़े इतने मंडी के पहुँचे सी। सारी मंडी का हाल है जो थोड़ा दिखाने आप देखो निगाह मार लो एक बार एंड तक देखो वीडियो नू ले भी एक मझ सू होर दिखाने एक बार तुरदी देने का मान लो डिटेल आप बाई तो लेके दसांगे मूँह मत्थे दी ते सिंगा सुंगा दी जिहड़ी मझ कुंडी है मूँह मत्थे दी बहुत सोहनी है बॉडी बंतर दी ते बॉडी वेट दी बहुत चंगी है थाना हवाने दी बंतर बहुत सोहनी है जी देखो नेड़े तो देखो जी पिठपुड़े दी बंतर भी बहुत सोहनी है ते बॉडी वेट दी भी चंगी मझ है देख सकते हो तुसीं सिंगा सुंगा दी बहुत सोहनी है मझ पिठपुड़े की बंतर भी बहुत सोहनी है तो हवाना भी बहुत सोहना मझ का खाण थोन भी बहुत चंगा लगे हुआ डिटेल भाई तो पुछते हैं। सत श्रीकाल भाई जी। सत श्रीकाल भाई नाम की है भाई अपना? अपना नाम सिकंदर कुमार जी। सिकंदर कुमार पिंड कितों आए हो? मानसा तो जी। मानसा तो जी ये जी मझ आप तोड़ के दिखाई है की डिटेल है मतलब कि सूआ सूई है इस बार तीजा सूआ इस बार सूई है किन्ने दिन की सूई है? 15 दिन जी। 15 दिन की सूई है तो मगर बच्चा की है? कट्टी है जी कट्टी ब्लैक जेट है टिके का बच्चा 15 दिन सूई पिछे देख सकते जेड ब्लैक टक ब्लैक मतलब कट्टी दीती है मझ ने तो 15 दिन की सूई थले भाई दुध कि तैयार है? दुध 15 किलो है जी पूरा तसली तसली कंटा तो तोल के चुक के दो डंग चबा के दे तो रेट की रखता जायज जा जायज रेट जी 125 कर दें 125 देन लैन कितों तीन होजू भाई? देन लैन मानता हो जाऊगा जी 10,000 का। ठीक है फोन नंबर बोल दे अपना 86990-36538 86990-36538 ले एक बार गेड़ा होर दवा दे मझ नूं ले भी तुरदी नूं एक बार होर चैक कर लियो मझ बहुत चंगी है बाई दी तो दुध वाली मझ आ थाना वाने दी बंतर तुसीं देख सकदे हो तुरदी दी देखो पिठपुड़े की बॉडी बंतर की बहुत चंगी है मझ मोड़ लिया बस मूँह मत्थे तो सिंगा सुंगा की भी देख सकते हो सिंग कुंडा का थोड़ा जहा खुला जरूर है तो तुरदी नहीं देखो बहुत जबरदस्त मझ।